ਆਸ਼ੀਰਵਾਦ ਕਰ ਜੀ। ਹੈਪੀ ਬਰਥਡੇ, ਹੈਪੀ ਬਰਥਡੇ, ਹੈਪੀ ਬਰਥਡੇ। ਮੁਬਾਰਕਾਂ, ਪਰਮਾਤਮਾ ਤਰੱਕੀਆਂ ਦੇਵੇ। ਦੇਖ ਬਾਈ, ਇਹਨੂੰ ਮਤਭੇਦ ਕਹਿੰਦੇ ਨੇ। ਦੇਖੋ ਦੇਖੋ, ਇਹਨੂੰ ਮਤਭੇਦ ਕਹਿੰਦੇ ਨੇ, ਇਹਨੂੰ ਦੇਖੋ। ਪੂਰੀ ਤਰ੍ਹਾਂ ਰੱਟਾ ਚੱਲ ਰਿਹਾ, ਡਾਇਲੌਗ ਕਿਸੇ ਦੇ ਵੀ ਯਾਦ ਨਹੀਂ ਹੋ ਰਿਹਾ ਪ੍ਰੋਪਰਲੀ। ਹਾਂਜੀ ਬਾਈ, ਬਲੌਗ ਦੀ ਸ਼ੁਰੂਆਤ ਆਪਾਂ ਅੱਜ ਕਰਨ ਲੱਗੇ ਹਾਂ। ਆਪਾਂ ਅੱਜ ਚੱਲੇ ਜੱਗੀ ਟੀ ਵੀ ਦਾ ਸ਼ੂਟ 'ਤੇ। 2 ਮਹੀਨਿਆਂ ਬਾਅਦ ਆਖਿਰਕਾਰ ਅਸੀਂ ਹਥਿਆਰ ਚੱਕ ਲਏ। ਅੱਜ ਸਾਡਾ ਜੱਗੀ ਟੀ ਵੀ ਦਾ ਸ਼ੂਟ ਚੱਲਣ ਲੱਗਿਆ। ਸ਼ੂਟ ਚੱਲਿਆ ਸਾਡਾ ਆਲੋਵਾਲ ਪਿੰਡ, ਅਜਨਬੀ ਬਾਈ ਦੇ ਪਿੰਡ। ਅਤੇ ਸ਼ੂਟ ਬਹੁਤ ਸੋਹਣੀ, 3 ਪਾਰਟ ਨੇ ਉਹਦੇ। ਅੱਜ ਪਹਿਲਾ ਪਾਰਟ ਦੇ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਕੀ ਬਣਦਾ, ਤੁਹਾਨੂੰ ਦਿਖਾਵਾਂਗੇ ਜੋ ਵੀ ਉੱਥੇ ਹੋਊਗਾ। ਬਿਹਾਈਂਡ ਦਾ ਸਕੀਨ ਵੀ ਆਉਣਗੇ, ਮਤਲਬ ਆਪਣੇ ਜੋ ਵੀ ਹੋਣਗੇ ਜੱਗੀ ਟੀ ਵੀ ਦੀ ਵੀਡੀਓ ਦੇ। ਬਾਕੀ ਜਾ ਕੇ ਦੇਖਦੇ ਹਾਂ, ਥੋੜ੍ਹਾ ਲੇਟ ਹੋ ਗਏ, ਜੱਗੀ ਦੇ ਫੋਨ ਆ ਰਹੇ ਨੇ, ਟੱਪ ਰਿਹਾ ਉਹ। ਅਤੇ ਪਹੁੰਚਦੇ ਹਾਂ ਹੁਣ ਉੱਥੇ, ਉੱਥੇ ਜਾ ਕੇ ਮਿਲਾਂਗੇ ਤੁਹਾਨੂੰ। ਹਾਂ, ਕੀ ਕਰ ਰਿਹਾ ਤੂੰ, ਬਲੌਗ ਬਣਾ ਰਿਹਾ? ਹਾਂਜੀ, ਵੀਰਾ ਪਹੁੰਚਿਆ। ਡੀਓਪੀ ਸਾਹਿਬ, ਕਾਹਦਾ ਝੂਟਾ ਚੱਪਣਾ? ਲਾਲਚੀ ਭੈਣਾਂ ਦਾ ਸ਼ੂਟ ਚੱਲਿਆ ਸਾਡਾ। ਲਾਲਚੀ ਮਤਲਬ ਭੈਣ ਦੇ ਘਰ ਵਾਲਾ ਬਣਿਆ ਵਾ ਹਰਮੀ ਬਾਈ। ਤੂੰ ਆਪਦੇ ਆਪ ਨੂੰ ਵੀ ਦੱਸ। ਮੈਂ ਪੋਜ਼ਿਟਿਵ ਰੋਲਾ ਪਾਈ ਦਾ, ਨੈਗੇਟਿਵ ਰੋਲਾ, ਤੇ ਉਹ ਸਾਡੇ ਮੇਕ ਮੇਕਅਪ ਆਰਟਿਸਟ ਦਾ ਆਪੇ ਮੇਕਅਪ ਹੋਣ ਨਾਲ ਮੁਬਾਰਕਾਂ, ਪਰਮਾਤਮਾ ਤਰੱਕੀਆਂ ਦੇਵੇ। ਇਹ ਸਾਡੀ ਆ ਪੂਰੀ ਸਟਾਰ ਕਾਸਟ ਪਹੁੰਚ ਚੁੱਕੀ ਆ ਜੀ, ਹਜੇ ਰੈਡੀ ਹੋਣਗੇ। ਲਓ ਜੀ, ਸਾਡਾ ਸ਼ੂਟ ਬਸ ਸਟਾਰਟ ਹੋਣ ਲੱਗਿਆ। ਅਤੇ ਸਾਡੇ ਅਸੀਂ ਜਿਹੜੀ ਸੀਰੀਜ਼ ਸ਼ੂਟ ਕਰਨ ਲੱਗੇ ਹਾਂ ਉਹਦਾ ਅੱਜ ਪਹਿਲਾ ਦਿਨ ਆ। ਪਰਮਾਤਮਾ ਸਾਡੀ ਇਹ ਸੀਰੀਜ਼ ਨੂੰ ਫੁੱਲ ਚਲਾਵੇ। ਹਜੇ ਬਾਈ ਪਹੁੰਚਿਆ ਅਤੇ ਸਾਡੇ ਆਰਟਿਸਟ ਰੈਡੀ ਹੋ ਰਹੇ ਬਾਅਦ ਅਸੀਂ ਸ਼ੂਟ 'ਤੇ ਲੱਗਦੇ ਹਾਂ। ਸੁੱਕ ਸਾ ਸੁੱਕ ਨਾਲਾ ਰੇਕ 2 ਮਹੀਨੇ ਬਾਅਦ, 2 ਮਹੀਨਿਆਂ ਬਾਅਦ ਅਸੀਂ ਲੱਗਦੇ ਹਾਂ। 1 ਮਹੀਨਾ ਇਹਨੂੰ, 15 ਦਿਨ ਇਹਨੂੰ ਬਣਾਉਣ ਨੂੰ ਲਾ ਜਾਣਗੇ ਸਾਨੂੰ। 1 ਮਹੀਨਾ ਜੱਗੀ ਨੂੰ ਰੈਸਟ ਲੱਗ ਜਾਂਦਾ, ਫਿਰ ਇਹ ਸ਼ੂਟ ਤੋਂ ਬਾਅਦ ਬਿਮਾਰ ਹੋਊਗਾ। ਬਿਮਾਰ ਹੋਣ ਤੋਂ ਬਾਅਦ ਫਿਰ ਜਦੋਂ ਰਿਕਵਰ ਹੋਊਗਾ, ਹਾਂ ਮਤਲਬ ਕਹਿਣ ਦਾ ਭਾਵ, ਹੁਣ ਇਹ ਸੀਰੀਜ਼ ਸਾਡੀ ਮਾਰਚ 'ਚ ਆਊਗੀ। ਮੈਂ ਮਾਰਚ 'ਚ ਆਊਗੀ ਨਾ, ਫੈਬ ਦੇ ਐਂਡ 'ਚ ਆ ਸਕਦੀ ਆ, ਪੱਕਾ ਨਹੀਂ ਕਹਿ ਸਕਦੇ। ਜਵਾਨ ਤੋਂ ਅਸੀਂ ਮੁੱਕਰਦੀ ਹਾਂ ਹਮੇਸ਼ਾ, ਮਾਰਚ ਦੇ ਵਿੱਚ ਆਊਗੀ। ਅਤੇ ਨੈਕਸਟ ਸੀਰੀਜ਼ ਸਾਡੀ ਮਈ ਜੂਨ 'ਚ ਆਊਗੀ। ਨੈਕਸਟ ਸੀਰੀਜ਼ ਤਾਂ ਸਾਡੀ ਆਊਗੀ ਮਈ ਦੇ ਐਂਡ 'ਚ। ਅਤੇ ਕਿਹਦੀ ਵਜ੍ਹਾ ਗੱਲ ਸ਼ੂਟ ਡਿਲੇ ਹੋਇਆ ਇਸ ਬੰਦੇ ਦੀ ਗੱਲ? ਤੇਰੀ ਨਾਲ ਚੱਲ ਸੱਚ ਦੱਸ ਫਿਰ, ਜੇ ਤੂੰ ਸੱਚ ਤੀ ਆਇਆ ਫਿਰ ਸੱਚ ਦੱਸ, ਕਿਹਦੀ ਵਜ੍ਹਾ ਗੱਲ ਹੋਇਆ? ਲਓ ਜੀ, ਸਾਡਾ ਜੱਗੀ ਟੀ ਵੀ ਦਾ ਸ਼ੂਟ ਚੱਲ ਗਿਆ। ਇਹ ਸਾਡੇ ਨਵੇਂ ਐਕਟਰ, ਇਹ ਸਾਡੇ ਥੋੜ੍ਹੇ ਜਿਹੇ ਪੁਰਾਣੇ ਐਕਟਰ। ਉਹ ਬਾਈ ਸਾਡਾ ਨਵਾਂ ਐਕਟਰ, ਸੰਧੂਰ ਨਹੀਂ ਰੱਖਿਆ, ਹਲਦੀ ਦਾ ਟਿੱਕਾ ਲਾਉਂਦੇ ਨੇ। ਕੁਝ ਹਲਦੀ ਦਾ ਟਿੱਕਾ ਲਾਣਾ ਨਹੀਂ ਹੈ, ਬਸ ਦਿਖਾਣਾ ਹੈ। ਅੱਛਾ ਵੀ ਸੰਧੂਰ ਤਾਂ ਰੱਖ, ਹਲਦੀ ਦਾ। ਮਾਤਾ ਜੀ ਕਿਵੇਂ ਲੱਗ ਰਿਹਾ ਸਾਡੇ ਨਾਲ ਪਹਿਲਾਂ ਕੰਮ ਕਰਕੇ ਤੁਹਾਨੂੰ? ਨਹੀਂ, ਹਲਦੀ ਹੁੰਦੀ ਹੈ ਸੰਧੂਰ, ਬਹੁਤ ਵਧੀਆ ਬਹੁਤ ਵਧੀਆ ਲਾਲ ਟਿੱਕਾ ਨਹੀਂ। ਤੈਨੂੰ ਕਿਵੇਂ ਲੱਗ ਰਿਹਾ ਬਾਈ? ਲਓ ਜੀ, ਸੈਂਟੀ ਪੂਰੀ ਤਰ੍ਹਾਂ ਰੱਟੇ ਲਾ ਰਿਹਾ, ਕਿਉਂਕਿ ਸੈਂਟੀ ਦਾ ਕਾਫੀ ਹੈਵੀ ਸ਼ੂਟ ਆ, ਆਪਣਾ ਥੋੜ੍ਹਾ ਹਲਕਾ ਆ। ਟਾਈਮ ਵੀ ਬਹੁਤ ਹੋ ਗਿਆ ਸ਼ੂਟ ਕਰੇ ਨੂੰ। ਹਾਂ, 2 ਮਹੀਨਿਆਂ ਬਾਅਦ ਅਸੀਂ ਹਥਿਆਰ ਚੱਕੇ ਨੇ, ਬਾਕੀ ਇਹਦੀ ਹੋ ਬਣੂਗੀ ਇੱਕਦਮ। ਰੱਟੇ ਚਾਰੇ ਪਾਸੇ ਦੇਖ ਸਕਦੇ ਹੋ। ਉਹ ਮਾਤਾ ਜੀ ਦੇਖੋ ਕਿਵੇਂ ਸਕ੍ਰਿਪਟ 'ਤੇ ਘੰਟਾ ਹੋ ਗਿਆ ਗੁੰਮ ਹੋਈ ਨੂੰ, ਡੀਓਪੀ ਸਾਹਿਬ। ਅਤੇ ਬਾਕੀ ਦੇਖਦੇ ਹਾਂ, ਖਿੱਚ ਕੇ ਰੱਖਾਂਗੇ ਕੰਮ ਨੂੰ, ਸ਼ਾਮ ਤੱਕ 1-2 ਸੀਨ ਤਾਂ ਕਰਾਂਗੇ। ਬਾਈ ਦੀ ਜਿਹਨੂੰ ਹਿੰਦੀ ਵਧੀਆ ਲੱਗ ਰਿਹਾ, ਕੋਈ ਹਿੰਦੀ ਫਿਲਮ ਚਲਾਉਣਾ ਚਾਹੁੰਦਾ ਸਮਝ ਨਹੀਂ ਆਉਂਦੀ ਨਾ ਬਈਆ। ਉਹਨੂੰ 3 ਸਾਲ ਹੋ ਗਏ ਤੇ ਰਹਿੰਦੇ ਨੇ, ਉਹਨੂੰ ਪੰਜਾਬੀ ਸਿਖਾਤੀ, ਤੁਹਾਨੂੰ ਹਿੰਦੀ ਨਹੀਂ ਸਿਖਾਈ ਪ੍ਰੇਤਾਂ ਨੂੰ ਬਾਈ? ਹਿੰਦੀ ਮੈਂ ਬਾਤ ਕਰਕੇ ਦਿਖਾ ਬਣੇ ਸਾਲ ਹੈ ਬਾਈ। ਕਿਤਨੀ ਦੇਰ ਮੈਂ ਸ਼ੂਟ ਸਟਾਰਟ ਹੋਗਾ? ਅਭੀ ਸਟਾਰਟ ਹੋ ਜਾਏਗਾ, 1 ਘੰਟਾ ਲੱਗ ਜਾਏਗਾ। ਅਭੀ ਰੇਡੀ ਹੋ ਰਹੇ ਨੇ ਆਰਟਿਸਟ, ਰੇਡੀ। ਬਾਈ ਦੀ ਤੁਸੀਂ ਇੰਗਲਿਸ਼ ਅਤੇ ਹਿੰਦੀ ਤੋਂ ਤਾਂ ਸਮਝਦਾਰ ਲਾ ਸਕਦੇ ਹੋ ਕਿ ਬਾਈ ਵਿਚਾਰਾ ਕਦੇ ਵੀ ਸਕੂਲ 'ਚ ਨਹੀਂ ਗਿਆ। ਚਲੋ ਜੀ, ਸਾਰਾ ਸਾਹਿਬ ਦੇਉ ਸਾਗਰ ਆਪਣੀਆਂ ਭੈਣਾਂ ਨੂੰ। ਲੈ ਦੱਸ, ਇਹ ਵੀ ਕੋ ਕਹਿ
देख भाई इन मतभेद कहें देखो देखो इन मतभेद कहें इन देखो देखो भेदभाव ਪਹਿਲਾਂ ਇਹ ਦੱਸੋ ਵੀ ਸਾਰੇ ਇਨਸਾਨ ਬਰਾਬਰ ਹੁੰਦੇ ਨੇ ਨਾ ਸਾਰੇ ਇੱਕ ਬਰਾਬਰ ਨੇ ਖਾ ਲਾ ਪਰੌਂਠੇ ਗਣ ਗਣੇ ਨੇ ਚ ਸਾਡੇ ਸਾਡੇ ਬੱਚੇ ਕੁਛ ਆ ਜਾ ਹੁਣ ਪਾਈ ਫਿਰ ਇਹਨੂੰ ਬਲੌਗ ਚ ਖੋਲੀਏ ਸ਼ਰਿਆਮ ਲੱਗੂ ਖਾ ਦੇ ਖੋਲੋ ਤੂੰ ਪਰ ਕਿੰਨੇ ਹਾਂ ਹੁਣ ਖੋਲ ਹੀ ਰਿਹਾ ਮੇਰਾ ਚਾਰ ਪਰੌਂਠੇ ਮੇਰੇ ਨੇ ਚਾਰ ਸੈਟੀ ਦੇ ਕਿੰਨੇ ਚਾਰ ਤੂੰ ਜਾਨਵਰਾਂ ਕਿੰਨੇ ਕਹੇ ਨੇ ਸਾਡੇ ਉਹ ਇੱਕ ਇੱਕ ਖਾ ਲਾ ਫਿਰ ਸ਼ੂਟ ਨਹੀਂ ਹੋਣਾ ਪੱਬੀ ਦੱਸੋ ਕਿੰਨੇ ਹਾਂ ਦੱਸੋ ਪੱਬੀ ਦਾ ਫੜੂਆ ਕਿੱਥੇ ਕੋਈ ਬਲੌਗ ਚ देख भाई पांच तो कुड़ियां खा जानगियां तन्नू पता है पांच तो कुड़ियां ने हां मेनू मिला के खा लंदा कुछ दद्दा खा लड़ी चोर तेहरा पूरी तरह रट्टा चल रहा डायलॉग किसी दे भी याद नहीं हो रहा प्रॉपर्ली तोहारां ते तोहारां ते आ मोड़ी दे नहीं तोरी खाली हाथ नहीं मोड़ी दे तोहारां ते मोड़ी चाहे तोरी दे कह रहे हो खाली हाथ नहीं मोड़ी दा हुंदा तोहारां ते बेचारी भगत नहीं बैठी है पुत मेनू दे 1000 रुपया जवाइयां नु दे दे नाले 500 रुपया खा दूगी चोहे अच्छा 500 ही देना ओनु मैं तुसी बस ओनु दे देने ओनु इनु नहीं बदलदा पी पर तुसी भी ना बदल लियो वीरे मेरी भाभी नाल ता गल करा दे जदों दा तेरा मंगणा होया ओदी गल ही नहीं हुई भाभी नाल कोई नहीं रट्टे चल रहे नहीं पूरी तरह तू आपे कर ले बड़ी मेहनत बहुत नच रहा है तेरे ब्याह भाभी दा हाथ फड़ बस ऐमे गल्लां ही मर जावांगे उथे फिलहाल इन्ना करो चलो मेरा है नहीं कोई असि बुत बन के बैठे हैं नहीं बंदे बन के बैठो मेनू तो वीरे तेरा साथ ही चाहिए बापू तो आपां नूं बहुत पहले ही छड्ड गया सी तुसीं तां सब कुछ सांभे कैमरामैन डीओपी साहब रेडी हूं भाई जी चल बस करो बुके बहुत रट्टा लग गया कर लेना बस कर लेना हाँ जी भाई किवें लग्या साडा इह ब्लॉग उम्मीद करदा वधिया लग्या होऊगा जे वधिया लग्या तां इहनूं शेयर जरूर करिओ यार हाँ एक बई एक ना बई मिलन आया सी बई मैनूं बई कहिंदा मेरा नाम ना ब्लॉग दे विच जरूर बोली बई दा नाम सीगा परमिंदर सिंह PRTC बस कंडक्टर पिंड रंगेड़ा बई नूं मिल के ना मैं कहना बहुत वधिया लग्या बई बई दा मैनूं अज स्पैशल फोन भी आया थी भी बई मेरा नाम नहीं बोलिया पिछले ब्लॉग च पिछले ब्लॉग दे विच बई दा तां नहीं नाम बोलिया क्योंकि वह ब्लॉग पहला बनाया हुआ थी हुण आह ब्लॉग दे विच बई दा नाम बोलता परमिंदर सिंह PRTC बस कंडक्टर पिंड रंगेड़ा बई नूं मिल के बहुत वधिया लग्या मिलदे जी तुहानूं अगले ब्लॉग दे नाल।